ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਰਦੇ ਆ ਵੀਡੀਓ ਦੀ ਸ਼ੁਰੂਆਤ। ਫਿਰ ਡਾਕਟਰ ਆ ਗਿਆ ਸੀ ਹਰਮਨ, ਅਤੇ ਗਾਂ ਢਿੱਲੀ ਹੋ ਗਈ ਸੀ ਅਤੇ ਹੁਣ ਕੱਲ੍ਹ ਕਦੀ ਹੋਈ ਆ ਠੀਕ। ਅਤੇ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹੀ ਸੀ ਵੀ ਜਿਹੜਾ ਇਸ ਟਾਈਮ ਮੌਸਮ ਆ ਨਾ, ਇਹ ਬਹੁਤ ਗੜਬੜ ਵਾਲਾ ਵਾ। ਅਤੇ ਆਪਾਂ ਹੁਣ ਪਸ਼ੂ ਦੇਖਿਆ ਤਾਂ ਠੀਕ ਹੋਊਗਾ, ਪਰ ਦੋ ਘੰਟਿਆਂ ਬਾਅਦ ਦੇਖੋਗੇ ਤਾਂ ਡਾਊਨ ਹੋ ਜਾਂਦਾ ਇੱਕਦਮ ਹੀ। ਕਹਿਣ ਦਾ ਮਤਲਬ ਜਿਹੜੀ ਹੁੰਮਸ ਆ ਨਾ, ਇਹ ਬਹੁਤ ਵੱਡੀ ਬਿਮਾਰੀ ਆ। ਅਤੇ ਇੱਕਦਮ ਹੀ ਗਾਂ ਰੁਕ ਗਈ ਸੀਗੀ, 20+ ਦੁੱਧ ਸੀਗਾ, ਸਿੱਧੀ ਨਹੀਂ ਆਈ, ਪਰ ਦੁੱਧ ਕੇ ਰਹੀ ਜਿਵੇਂ ਆਪਾਂ ਕਹਿੰਦੇ ਪਾਣੀ ਬਣ ਗਿਆ। ਅਤੇ ਚੱਕਰ ਕੀ ਪੈਂਦਾ ਵੀ ਸੁਬਾਹ ਸ਼ਾਮ ਦਾ ਹੀ ਚੱਕਰ ਪੈ ਜਾਂਦਾ, ਬਾਰਿਸ਼ ਜਿਹੜੀ ਹੁੰਦੀ ਆ ਅਤੇ ਹੁੰਮਸ ਆ, ਇਹ ਪਸ਼ੂਆਂ ਲਈ ਜਿੰਨੀ ਕੁ ਲਾਹੇਵੰਦ ਹੈਗੀ ਆ ਆਪਣੀ ਜਿਹੜੀ ਬਾਰਿਸ਼, ਅਤੇ ਉੱਨੀ ਕੁ ਇਹ ਨੁਕਸਾਨ ਵੀ ਕਰਦੀ ਆ। ਅਤੇ ਗਾਂ ਹੁਣ ਵੈਸੇ ਠੀਕ ਆ। ਮੇਰਾ ਦਿਖਾਉਣ ਦਾ ਮਕਸਦ ਇਹ ਸੀ ਵੀ ਧਿਆਨ ਰੱਖਣ ਵਾਲਾ ਟਾਈਮ ਆ ਗਿਆ ਹੁਣ ਪੂਰਾ, ਵੀ ਕੋਈ ਵੀ ਆਪਾਂ ਗਲਤੀ ਮਾੜੀ ਮੋਟੀ ਵੀ ਕਰਦੇ ਹਾਂ ਅਤੇ ਉਹ ਸਾਹਮਣੇ ਆ ਜਾਣੀ ਹੈ ਬਿਲਕੁਲ ਉਹਦੀ। ਅਤੇ ਬੁਖਾਰ 106 ਹੋ ਗਿਆ ਸੀਗਾ ਗਾਂ ਨੂੰ, ਅਤੇ ਕੱਲ੍ਹ ਦੀ ਵੈਸੇ ਹੁਣ ਠੀਕ ਆ, ਗਾਲੀ ਵੀ ਵਧੀਆ ਕਰਦੀ ਆ। ਅਤੇ ਵਿੱਚ ਡਾਊਨ ਹੋ ਗਈ ਸੀ ਥੋੜ੍ਹੀ ਜਿਹੀ, ਅਤੇ 2 ਦਿਨ 28 ਵੀ ਸਹਾਰੇ ਨਾਲ, ਪਰ ਊਂ ਠੀਕ ਸੀਗੀ ਅੰਦਰੋਂ, ਜਾਣੀ ਨਹੀਂ ਹੰਭੀ ਸੀ ਗਾਂ, ਅਤੇ ਅੰਦਰੋਂ ਜਿਵੇਂ ਆਪਾਂ ਕਹਿੰਦੇ ਵੀ ਸਰੀਰ ਨਹੀਂ ਹੰਭਿਆ ਸੀਗਾ, ਜ਼ੋਰ ਪੂਰਾ ਸੀਗਾ, ਅਤੇ ਤਾਂ ਕਰਕੇ ਗਾਂ ਠੀਕ ਹੋ ਗਈ। ਮੈਨੂੰ ਲੱਗਦਾ ਵੀ ਕੱਲ੍ਹ ਤਾਂ ਹੀ ਹੋ ਜੂਗੀ ਠੀਕ ਪੂਰੀ। ਅਤੇ ਚੱਕਰ ਕੀ ਸੀਗਾ ਵੀ ਜਿਹੜਾ ਇਹ ਮੌਸਮ ਆ ਨਾ, ਇਹ ਬਹੁਤ ਗੜਬੜ ਵਾਲਾ। ਅਤੇ ਬਾਕੀ ਕਰਦੇ ਹਾਂ ਡਾਕਟਰ ਨਾਲ ਗੱਲ ਵੀ ਕੀ ਹੋਇਆ ਸੀ, ਇਹਨੂੰ ਪ੍ਰੋਪਰ ਦੱਸੂਗਾ ਫਿਰ। ਹੋਰ ਡਾਕਟਰ ਸਾਹਿਬ ਕਿਵੇਂ ਆ? ਵੱਡਾ ਪਿਆ ਫਰਕ ਕਿ ਨਹੀਂ? ਗੋਹਾ ਤਾਂ ਠੀਕ ਆ ਹੈ ਨਾ, ਅਗਾੜੀ ਵੀ ਕਰਦੀ ਸੀ, ਅੱਜ ਤਾਂ ਸਹੀ ਆ। ਇਹ ਡਾਕਟਰ ਸਾਹਿਬ ਹੁਣ ਲੱਗਿਆ ਟ੍ਰੀਟਮੈਂਟ ਕਰਨ। ਹੋਇਆ ਕੀ ਸੀ ਡਾਕਟਰ ਸਾਹਿਬ ਇਹਨੂੰ? ਹੋ ਗਈ ਮਸਟਾਈਟ ਸੀ, ਗਿੱਲੇ ਗੁੱਲੇ ਥਾਂ ਨਾਲ ਬਹਿਣ ਨਾਲ, ਹਾਈ ਜੀਲਡਰ ਜਾਨਵਰ ਜਦੋਂ ਬਹਿੰਦੇ ਆ ਓਕੇ, ਥਣਾਂ 'ਚ ਪ੍ਰੋਬਲਮ ਆ ਜਾਂਦੀ ਹੈ ਮਾੜੀ ਮੋਟੀ। ਉਹ ਤਾਂ ਸਹੀ ਆ, ਥਣ ਤਾਂ ਪੋਲਾ ਵਾ, ਉਵੇਂ ਪੋਲਾ ਵੀ ਹੋ ਗਿਆ, ਦੁੱਧ ਵੀ ਸਹੀ ਆ, ਦੁੱਧ ਦਾ ਰੰਗ ਬਣ ਗਿਆ। ਉਰੇ ਦਿਖਾ ਮੈਨੂੰ ਇੱਧਰ ਹੱਥ ਦੇ ਪਾ ਕੇ। ਇਹ ਥਣ 'ਚੋਂ ਦੁੱਧ ਪਾਣੀ ਵਾਂਗੂ ਬਣ ਗਿਆ ਸੀਗਾ, ਪਰ ਟ੍ਰੀਟਮੈਂਟ ਟਾਈਮ ਨਾ ਹੋਣ ਦੇ ਕਰਕੇ ਸਹੀ ਆ ਗਿਆ ਲੀਹ 'ਤੇ, ਨਹੀਂ ਤਾਂ ਥਣ ਬੰਦ ਹੋਣ ਦੇ ਚਾਂਸ ਹੁੰਦੇ ਆ ਪੂਰੇ, ਕੋਈ ਗੁੰਜਾਇਸ਼ ਨਹੀਂ ਰਹਿੰਦੀ। ਜਿਹੜਾ ਇਹ ਮੌਸਮ ਆ ਨਾ, ਇੱਥੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਕੀ ਹੋ ਗਿਆ, ਅਤੇ ਉਹ ਸਮਝ ਨਹੀਂ ਲੱਗਦੀ। ਅਤੇ ਡਾਕਟਰ ਨੇ ਆ ਕੇ ਕਹਿਣਾ ਵੀ ਤੁਸੀਂ ਗੌਰ ਨਹੀਂ ਰੱਖੀ, ਅਤੇ ਬੰਦਾ ਆਪਣਾ ਗੌਰ ਵਾਲਾ ਦੇਖ ਸਕਦੇ ਆ, ਪੁਰਾਣਾ ਬੰਦਾ ਵਾ ਹੈ ਅਮਰੀਕ। ਕਿੱਥੇ ਤੈਨੂੰ ਪਤਾ ਲੱਗਿਆ ਵੀ ਕੀ ਹੋ ਗਿਆ? ਸੁਬਾਹ ਸਹੀ ਸੀ ਵੀ ਸ਼ਾਮ ਨੂੰ ਹੋ ਗਿਆ ਇੱਕਦਮ? ਕੋਈ ਵੀ ਬਿਜ਼ਨਸ ਕਰਦੇ ਆਪਾਂ ਅਤੇ ਉਹ 'ਚ ਖਰਚੇ ਚੱਲਦੇ ਆ ਨਾਲੋ ਨਾਲ, ਅਤੇ ਮੇਰਾ ਦਿਖਾਉਣ ਦਾ ਮਕਸਦ ਇਹ ਸੀ ਵੀ ਜੇ ਆਪਾਂ ਖਰਚੇ ਤੋਂ ਬਚਣਾ ਨਾ ਤਾਂ ਪੂਰਾ ਧਿਆਨ ਰੱਖਣਾ ਪੈਣਾ ਫਾਰਮ ਦੇ ਵਿੱਚ। ਅਤੇ ਫਿਰ ਵੀ ਇਹ ਆਪਾਂ ਤੋਂ ਵੀ ਹੋ ਸਕਦਾ, ਇਹ ਨਹੀਂ ਗਾ ਵੀ ਇਹ ਅਮਰੀਕ ਸੀਗਾ ਵੀ ਇਹ ਤੋਂ ਹੋ ਗਿਆ, ਕਿਉਂਕਿ ਜਦੋਂ ਗਾਵਾਂ ਬਾਹਰ ਬਹਿੰਦੀਆਂ ਨਾ ਗਿੱਲੇ ਦੇ ਵਿੱਚ ਜਾ ਕੇ ਬਹਿ ਜਾਂਦੀਆਂ, ਦੇਖ ਸਕਦੇ ਹਾਂ ਵਿਛਾਵ ਵਿਛੂਵ ਦੇ ਉੱਪਰ ਬਹਿ ਜਾਂਦੀਆਂ, ਅਤੇ ਉਦੋਂ ਪ੍ਰੋਬਲਮ ਆ ਜਾਂਦੀ ਆ, ਅਤੇ ਮਾੜਾ ਮੋਟਾ ਦੁੱਧ ਨਿਕਲਣ ਲੱਗ ਜਾਂਦਾ ਥਣਾਂ 'ਚੋਂ, ਅਤੇ ਜਦੋਂ ਉਹਨੂੰ ਵਿਛਾਵ ਜਾਂ ਪਾਣੀ ਲੱਗ ਗਿਆ ਸਿੱਲਾ ਜਿਹੜਾ ਗਾਰਾ ਜਿਹਾ ਹੁੰਦਾ ਵਾ, ਅਤੇ ਉਹਦੇ ਨਾਲ ਫਿਰ ਪ੍ਰੋਬਲਮ ਆਉਣ ਲੱਗ ਜਾਂਦੀ ਆ। ਅਤੇ ਇਹ ਕੋਈ ਆਮ ਜੀ ਗੱਲ ਆ, ਇਹ ਮਸਟਾਈਟਸ ਜਿਹੜੀ ਹੁੰਦੀ ਆ, ਪਰ ਇਹਨੂੰ ਰੋਕਿਆ ਜਾ ਸਕਦਾ ਜੇ ਆਪਾਂ ਇਹਨੂੰ ਪਹਿਲਾਂ ਪਹਿਲ ਫੜ ਲਈਏ ਬਿਮਾਰੀ ਨੂੰ। ਅਤੇ ਹੁਣ ਵੈਸੇ ਖਰਚਾ ਹੋ ਗਿਆ, ਅਤੇ 3,000-3,500 ਰੁਪਈਆ ਖਰਚਾ ਆਇਆ, ਅਤੇ ਕੱਲ੍ਹ ਤੱਕ ਹੋ ਜੂਗੀ ਪੂਰੀ ਠੀਕ। ਅਤੇ ਕੱਲ੍ਹ ਤਾਂ ਇਹ ਪਰਸੋਂ ਸਹਾਰੇ ਨਾਲ ਪੂਛ ਤੋਂ, ਜਾਣੀ ਪੂਛ ਨੂੰ ਸਹਾਰਾ ਦੇ ਕੇ ਇਹਨੂੰ ਉਠਾਇਆ, ਅਤੇ ਕੱਲ੍ਹ ਦੀ ਠੀਕ ਆ ਹੁਣ, ਪੱਠੇ ਵੀ ਖਾਧੇ ਆ ਅਤੇ ਗਾਲੀ ਵੀ ਕਰਦੀ ਆ। ਜਦੋਂ ਟਿਊਬ ਭਰਨੀ ਆ ਦੁੱਧ ਬਿਲਕੁਲ ਥਣ 'ਚੋਂ ਖਾਲੀ ਹੋਣਾ ਚਾਹੀਦਾ ਵਾ, ਅਤੇ ਨਹੀਂ ਟਿਊਬ ਨੇ ਕੰਮ ਨਹੀਂ ਕਰਨਾ। ਇਹਨੂੰ ਨਵਾਇਆ ਵੀ ਨਹੀਂ ਸੀਗਾ 2 ਦਿਨ, ਸਿਰ 'ਚ ਪਾਣੀ ਪਾਇਆ ਸੀਗਾ, ਬੁਖਾਰ ਵੀ ਹੋ ਗਿਆ ਸੀਗਾ ਨਾਲ, ਇਹਨੂੰ 106 ਬੁਖਾਰ ਰਿਹਾ ਵਾ 2 ਦਿਨ, ਅਤੇ ਹੁਣ ਨੋਰਮਲ ਆ। ਅਤੇ ਟਿਊਬ ਕੁਐਕਟਨ ਦੀ ਭਰੀ ਹੈ, ਇਹਦੇ ਸੁਬਾਹ ਸ਼ਾਮ ਚੱਲਦੀ ਆ ਇਹ। ਅਤੇ ਡਾਕਟਰ ਸਾਹਿਬ ਅੱਜ ਆਏ ਲੇਟ ਥੋੜ੍ਹਾ ਜਿਹਾ ਘੰਟਾ ਕੁ, ਅਤੇ 10 ਕੁ ਦਾ ਟਾਈਮ ਹੋ ਗਿਆ ਤਕਰੀਬਨ ਹੁਣ, ਅਤੇ ਸ਼ਾਮ ਨੂੰ ਫਿਰ ਚਵਾਈ ਕਰਕੇ ਬਾਅਦ 'ਚ ਭਰਾਂਗੇ ਦਵਾਈ। ਕਿਵੇਂ ਪੋਜੀਸ਼ਨ ਹੋ ਤੈਨੂੰ ਲੱਗਦੀ ਹੁਣ? ਸੈੱਟ ਆ ਆਜੂ ਤਾੜੇ 'ਤੇ ਹੈ ਨਾ, ਕਿਉਂਕਿ ਪ੍ਰੋਬਲਮ ਵੀ ਹੈ, ਮਿਲਦੀਆਂ ਵੀ ਹੈ ਨਹੀਂ ਨਾ, ਹਜੇ ਐਚ ਐਫ ਤਾਂ ਆਪਾਂ ਤਿਆਰ ਕਰ ਲੈਂਦੇ ਹਾਂ, ਨਹੀਂ ਕਰੰਟ 'ਚ ਆਉਂਦੇ ਦੱਸਦੀ ਆਏ।
ਪਰਸੋਂ ਅਜੇ ਮੂੰਹ ਤੇ ਮੱਖੀ ਜੀ ਬੈਂਦੀ ਸੀ ਮਾੜੀ ਜੀ ਐ ਪਰਸੋਂ ਤੇ ਬੈਟਰੀ ਡਾਊਨ ਹੋ ਗਈ ਸੀ ਜਿਆਦਾ ਟੈਂਪਰੇਚਰ ਹਾਈ ਟੈਂਪਰੇਚਰ ਹੋਣ ਨਾਲ ਮਸਟਾਈਟਸ ਹੋਣ ਨਾਲ ਅੰਦਰ ਲੇਵੇ ਚ ਜ਼ਹਿਰ ਵੀ ਅੰਗੂ ਬਣ ਜਾਂਦਾ ਆਹੋ ਜੀ ਜੀ ਉੱਠਿਆ ਨਹੀਂ ਜਾਂਦਾ ਵੀਕਨੈਸ ਬਹੁਤ ਜਿਆਦਾ ਆ ਹਾਂ ਵੀਕਨੈਸ ਉੱਠੀ ਨਹੀਂ ਗਈ ਉਹਦਣ 20 ਮਿੰਟ ਬਾਅਦ ਚ ਆਈ ਆ ਸਾਰੀਆਂ ਗਾਵਾਂ ਨਾ ਉੱਠ ਕੇ ਹਾਂ ਬਿਲਕੁਲ ਬਿਲਕੁਲ ਉਦੋਂ ਟੈਂਪਰੇਚਰ ਹਾਈ ਹੋਇਆ ਹੋਇਆ ਸੀ ਬਹੁਤ ਜਿਆਦਾ ਹੁਣ ਠੀਕ ਆ ਬਿਲਕੁਲ ਕੋਈ ਡਰ ਨਹੀਂ ਹੋਰ ਫਿਰ ਕਿੱਥੇ ਕਿੱਥੇ ਕੰਮ ਕਰਿਆ ਹੁੰਦਾ ਅੱਜ ਫਿਰ ਕੰਮ ਸਾਰੇ ਪਿੰਡਾਂ ਚ ਹੀ ਕਰਿਆ ਹੁੰਦਾ ਬਸ ਹੋ ਗਿਆ ਵਿਹਲਾ ਕਿ ਨਹੀਂ ਅਜੇ ਮੈਂ ਵਿਹਲਾ ਤਾਂ ਨਹੀਂ ਅਜੇ ये डॉक्टर साहब की ड्यूटी है अपने फ्रेंडली सर्कल भी है तो अपना नाल काम भी चलता इन्हों का तो जाने ज़्यादातर तो असं रोज़ वगू ही इकट्ठे होंगे तो पशुओं से चाहे काम हो चाहे ना हो डॉक्टर अपने दो वध ये आते तो जसपाल डॉक्टर वो सरकारी है क्योंकि थोड़ा जहा बिजी वध रहा सरकारी ड्यूटी करके तो डॉक्टर दोनों ही अपने टॉप दे है तो दोनों से ही आप जो गावों का ट्रीटमेंट ਕਰਾਉਂਦੇ ਆ ਦੇਖ ਸਕਦੇ ਆ ਹੁਣ ਤਾਂ ਪੱਠੇ ਨੂੰ ਮੂੰਹ ਮਾਰਦੀ ਆ ਪੂਰੇ ਖੁਸ਼ ਹੋ ਕੇ ਖਾ ਰਹੀ ਆ ਹੁਣ ਤੇ ਦੋ ਕੁ ਦਿਨ ਪਹਿਲਾਂ ਰੁਕ ਜੇ ਗਈ ਸੀਗੀ ਬਹਿ ਜਾਂਦੀ ਸੀ ਉੱਠ ਖੜਦੀ ਸੀ ਜ਼ੋਰ ਲਾਉਂਦੀ ਸੀ ਉੱਠਣ ਨੂੰ ਉੱਠ ਨਹੀਂ ਹੁੰਦਾ ਸੀ ਤੇ ਦੋ ਕੁ ਵਾਰੀ ਸਹਾਰਾ ਦੇ ਕੇ ਠਾਉਣਾ ਪੈਂਦਾ ਸੀ ਇਹਨੂੰ ਚੱਕਰ ਸਾਰਾ ਮੌਸਮ ਜਿਹੜਾ ਹੁਣ ਸਿੱਲਾ ਵਾ ਨਾ ਇਹਦੀ ਪ੍ਰੋਬਲਮ ਆ ਹੋਰ ਕੋਈ ਚੱਕਰ ਨਹੀਂ ਹੈਗਾ ਜਿਹੜਾ ਟੀਕਾ ਹੁਣ ਲਾਉਣਾ ਇਹ ਨਾੜ 'ਚ ਲਾਉਣਾ ਅਤੇ ਫਿਰ ਸਿੱਧਾ ਅਸਰ ਕਰਦਾ ਇਨਫੈਕਸ਼ਨ 'ਤੇ ਅਤੇ ਜਿਹੜੀ ਇਨਫੈਕਸ਼ਨ ਆ ਵੀ ਅੰਦਰੋਂ ਕਲੀਅਰ ਹੋ ਜੂਗੀ ਅਤੇ ਟੀਕੇ ਵੈਸੇ ਮਹਿੰਗੇ ਆਉਂਦੇ ਚਲੋ ਟ੍ਰੀਟਮੈਂਟ ਕਰਨਾ ਆਪਾਂ ਅਤੇ ਜੇ ਮੇਰਾ ਵੈਸੇ ਪਹਿਲਾਂ ਤੋਂ ਹੀ ਹੁੰਦਾ ਵੀ ਪਹਿਲਾਂ ਹੀ ਟੋਪ ਦੇ ਲਾ ਦਈਦੇ ਆ ਵੀ ਆਮ ਹੁੰਦਾ ਵੀ ਨੋਰਮਲ ਲਾਓ ਵੀ ਪ੍ਰੋਬਲਮ ਜੇ ਜ਼ਿਆਦਾ ਵਾ ਜੇ ਫਿਰ ਕੀ ਕਰੋਗੇ ਪਰ ਆਪਣਾ ਉਲਟਾ ਕੰਮ ਵੀ ਜ਼ਿਆਦਾ ਦਵਾਈਆਂ ਨੂੰ ਥੋੜ੍ਹੀਆਂ ਦਵਾਈਆਂ 'ਚ ਹੀ ਕੰਮ ਸਾਰ ਦਿਉ ਪਹਿਲਾਂ ਹੀ ਲਾ ਕੇ ਸਿਰੇ ਵਾਲੇ ਅਤੇ ਫਿਰ ਵੀ ਤਾਂ ਲਮਕਣਾ ਹੀ ਹੁੰਦਾ ਜੇ ਆਪਾਂ ਜੇ ਉੱਧਰ ਨੂੰ ਜਾਂਦਾ ਪਸ਼ੂ ਅਤੇ ਕੋਈ ਜ਼ਿਆਦਾ ਨਹੀਂ ਹੁੰਦਾ ਵੀ ਆਪਣਾ ਹੁੰਦਾ ਵੀ ਪਹਿਲਾਂ ਹੀ ਲਾ ਦਿਉ ਟੋਪ ਵਾਲੇ ਟੀਕੇ ਅਤੇ ਉਹਦੇ ਨਾਲ ਜੇ ਮਾੜੀ ਮੋਟੀ ਗਜੈਸ ਉਹ ਨਿਕਲ ਜਾਂਦੀ ਹੈ ਫਿਰ ਇੱਥੇ ਆ ਕੇ ਜਿਹੜੀ ਆਪਾਂ ਥਣਾਂ ਨੂੰ ਦਵਾਈ ਲੇਪ ਕਰਨ ਵਾਲੀ ਜੇ ਨਹੀਂ ਲਾਉਂਦੇ ਨਾ ਤਾਂ ਚਾਂਸ ਨਾ ਬਚਣ ਦੇ ਹੀ ਹੋ ਜਾਂਦੇ ਆ ਥਣ ਦੇ ਦਵਾਈ ਫਿਰ ਵੀ ਬਹੁਤ ਕੇਅਰ ਕਰਦੀ ਆ ਅਤੇ ਲੰਮਾ ਟਾਈਮ ਚੱਲਦੀ ਆ ਫਿਰ ਵੀ ਕੁਦਰਤੀ ਦਵਾਈ ਜਿਹੜੇ ਆ ਪਸ਼ੂ ਕਈ ਵਾਰੀ ਖੁਰਖਾਰ ਮਾਰ ਲੈਂਦਾ ਵਾ ਕਿਉਂਕਿ ਥੱਲੇ ਥਣ ਘੱਸਦੇ ਆ ਫਰਸ਼ ਨਾਲ ਜਾਂ ਮੈਟ ਨਾ ਅਤੇ ਦਵਾਈ ਦਾ ਅਸਰ ਘੱਟਦਾ ਵਾ ਵੈਸੇ ਇਹੋ ਜਿਹੀ ਗੱਲ ਨਹੀਂ ਵੀ ਉਹ ਲੈਂਦੀ ਨਹੀਂ ਪਰ ਥਣਾਂ ਦੇ ਉੱਪਰ ਤੁਸੀਂ ਦੇਖ ਸਕਦੇ ਹਾਂ ਜਿਹੜੀ ਉੱਪਰ ਲੱਗੀ ਹੋਈ ਆ ਥਣਾਂ ਦੇ ਅਤੇ ਉਹ ਦਵਾਈ ਲੈਂਦੀ ਨੀਗੀ ਬਲਿਊ ਕਲਰ ਦੀ ਦੇਖ ਸਕਦੇ ਹਾਂ ਲੱਗੀ ਹੋਈ ਆ ਥਣਾਂ ਦੇ ਉੱਪਰ ਅਤੇ ਫਿਰ ਵੀ ਜਾਣੀ ਬਿਮਾਰੀ ਲੱਗ ਜਾਂਦੀ ਆ ਮਤਲਬ ਕਹਿਣ ਦਾ ਵੀ ਜੇ ਆਪਾਂ ਨਹੀਂ ਲਾਉਂਦੇ ਤਾਂ ਇਹ ਛੇਤੀ ਪਕੜ ਕਰਦੀ ਆ ਇਨਫੈਕਸ਼ਨ ਆ ਜਿਹੜੀ ਥਣਾਂ ਨੂੰ ਜੇ ਆਪਾਂ ਦਵਾਈ ਦੇ ਉੱਪਰ ਲੇਪ ਨਹੀਂ ਕਰਦੇ ਅਤੇ ਬਾਕੀ ਅੱਡੋ ਅੱਡੀ ਸੋਚ ਆ ਸਾਰਿਆਂ ਦੇ ਕਹਿੰਦੇ ਦਵਾਈ ਮਹਿੰਗੀ ਆ ਜਾਂ ਆਏ ਆ ਹੋਏ ਆ ਅਤੇ ਦੇਖ ਸਕਦੇ ਹਾਂ ਜਿਹੜੀ ਆਹ ਬਲਿਊ ਵਾਲੀ ਕੁੱਪੀ ਆ ਇਹਦੇ ਵਿੱਚ ਪੈਣੀ ਹੈ ਅਤੇ ਕਿੰਨੇ ਦਿਨ ਚੱਲ ਜਾਂਦੀ ਆਪਣੇ ਪਸ਼ੂਆਂ ਦੇ ਹਿਸਾਬ ਨਾਲ ਇਹ ਪੰਜ ਕੁ ਦਿਨ ਛੇ ਦਿਨ ਕੱਢ ਦਿੰਦੀ ਆ ਕੁੱਪੀ ਇਹ ਤਕਰੀਬਨ ਜਿਹੜੀ ਆਹ ਵਾ ਅਤੇ ਜਿਵੇਂ ਆਪਾਂ ਕਹਿੰਦੇ ਵੀ 3000-4000 ਦੀ 10 ਲੀਟਰ ਆਉਂਦੀ ਆ ਅਤੇ ਪੈਂਦੀ ਵੀ ਇਹ ਥੋੜ੍ਹੀ ਹੋਈ ਆ ਅਤੇ ਕਈਆਂ ਨੂੰ ਸੋਚ 'ਚ ਹੁੰਦਾ ਵੀ ਇਹ ਮਹਿੰਗੀ ਆ ਕਿਉਂਕਿ ਜਿਹੜੇ ਫਾਰਮ ਵਾਲੇ ਜੁੜੇ ਹੋਏ ਆ ਉਹ ਜੁੜੇ ਹੋਏ ਆ ਇਹ ਚੀਜ਼ਾਂ ਨਾਲ ਕਿਉਂਕਿ ਉਹਨਾਂ ਨੂੰ ਪਤਾ ਵਾ ਵੀ ਜਿਹਦੇ ਜਿੱਦਾਂ ਹੁਣ ਇਹੀ ਗਾਂ ਸੀ ਜੇ ਬਾਈ ਚਾਂਸ ਇਹ ਨਾ ਚੱਲਦੀ ਦੇਖਦੀ ਹੁੰਦੀ ਤਾਂ ਰੁਪਈਏ ਆਪਣਾ ਲੱਗੀ ਜਾਣਾ ਸੀ ਕਿਉਂਕਿ ਆਪਾਂ ਫਿਰ ਰਹਿ ਨਹੀਂ ਸਕਦੇ ਹੁੰਦੇ ਪਸ਼ੂ ਨੂੰ ਜਾਨਵਰ ਨੂੰ ਆਪਾਂ ਦੇਖ ਨਹੀਂ ਸਕਦੇ ਇੱਦਾਂ ਅਤੇ ਟ੍ਰੀਟਮੈਂਟ ਤੁਹਾਨੂੰ ਫਿਰ ਕਰਨਾ ਪੈਂਦਾ ਫਿਰ ਖਰਚਾ ਨਹੀਂ ਦੇਖ ਹੁੰਦਾ ਅਤੇ ਪਸ਼ੂ ਚਾਹੇ ਰਹਿੰਦਾ ਚਾਹੇ ਨਹੀਂ ਰਹਿੰਦਾ ਅਤੇ ਟ੍ਰੀਟਮੈਂਟ ਤੁਹਾਨੂੰ ਫਿਰ ਮਹਿੰਗਾ ਕਰਨਾ ਪੈਂਦਾ ਅਤੇ ਜੇ ਮਤਲਬ ਜੇ ਪਹਿਲਾਂ ਹੀ ਕੇਅਰ ਕੀਤੀ ਜਾਵੇ ਫਿਰ ਥੋੜ੍ਹੇ ਨਾਲ ਸਰ ਜਾਂਦਾ ਅਤੇ ਨਹੀਂ ਤਾਂ ਫਿਰ ਪਸ਼ੂ ਵੀ ਨੁਕਸਾਨਿਆ ਜਾਂਦਾ ਅਤੇ ਖਰਚਾ ਵੀ ਹੋ ਜਾਂਦਾ ਦੋਨੋਂ ਗੱਲਾਂ ਹੀ ਚੱਲਦੀਆਂ ਨਾਲ ਕਹਿਣ ਦਾ ਮਤਲਬ ਆ ਵੀ ਜਿਹੜਾ ਹੁਣ ਟਾਈਮ ਆ ਹੋਮਸ ਵਾਲਾ ਵੀ ਇਹਨੂੰ ਜੇ ਤੁਸੀਂ ਦਵਾਈ ਨਹੀਂ ਵੀ ਲਾਉਂਦੇ ਨਾ ਦੁੱਧ ਦੇ ਉੱਪਰ ਪੂਰੀ ਗੌਰ ਰੱਖਣੀ ਆ ਥਾਣਾਂ 'ਚ ਵੀ ਦੁੱਧ ਰਹਿਣਾ ਨਹੀਂ ਚਾਹੀਦਾ ਗਿੱਲੇ ਸੁੱਕੇ ਦਾ ਪੂਰਾ ਥਾਂ ਦਾ ਆਪਾਂ ਖਿਆਲ ਰੱਖਣਾ ਵਾ ਅਤੇ ਤਕਰੀਬਨ ਜੇ ਤੁਹਾਨੂੰ ਮਾੜਾ ਜਿਹਾ ਵੀ ਲੱਗਦਾ ਵੀ ਪਸ਼ੂ ਡਾਊਨ ਆ ਜਾਂ ਉਹਨੂੰ ਚੈੱਕ ਕਰੋ ਟੈਂਪਰੇਚਰ ਪਹਿਲਾਂ ਤਾਂ ਉਹਦਾ ਅਤੇ ਨਹੀਂ ਡਾਕਟਰੀ ਲੈ ਕੇ ਆਪਣਾ ਸਹਾਇਤਾ ਅਤੇ ਉਹਨੂੰ ਚੈੱਕ ਕਰਾਓ ਜ਼ਰੂਰ ਵੀ ਨੁਕਸਾਨ ਤੋਂ ਬਚਿਆ ਜਾਵੇ ਆ ਗਏ ਸੀ ਪਸ਼ੂਆਂ ਵਾਲਿਓ ਆਪਣੇ ਇੱਧਰ ਅਤੇ ਉੱਧਰ ਕੰਮ ਨਿਬੜ ਗਿਆ ਸੀਗਾ ਟੀਕੇ ਟੂਕੇ ਲਾ ਗਿਆ ਸੀ ਡਾਕਟਰ ਅਤੇ ਪਰਮਜੀਤ ਨੇ ਆਉਣਾ ਸੀ ਅੱਜ ਚਾਹ ਅਤੇ ਸਪੈਸ਼ਲ ਵਿਆਹ ਤੋਂ ਬਾਅਦ ਇਹ ਤੋਂ ਆਇਆ ਨਹੀਂ ਗਿਆ ਬੀਜੀ ਸੀ ਥੋੜ੍ਹਾ ਜਿਹਾ ਅਤੇ ਹੋਰ ਫਿਰ ਕਿਵੇਂ ਆ ਪਰਮਜੀਤ ਸੈੱਟ ਆ ਪੂਰਾ ਕਿਵੇਂ ਚੱਲਦੀ ਹੈ ਲਾਈਫ ਵਿਆਹ ਵਾਲੀ ਗੁੱਡ ਅਤੇ ਇਹ ਹੈਗਾ ਪਰਮਜੀਤ ਮਾਮੇ ਦਾ ਮੁੰਡਾ ਅਤੇ ਇਹ ਛੋਟੇ ਮਾਮੇ ਦਾ ਅਤੇ ਇਹਦਾ ਨਾਂ ਗੋਪੀ ਆ ਅਤੇ ਇਹ ਫੁੱਟਬਾਲ ਦਾ ਖਿਡਾਰੀ ਆ ਪੂਰਾ ਅਤੇ ਆਪਾਂ ਨੈਸ਼ਨਲ 'ਤੇ ਖੇਡਿਆ ਕਿਰ ਦੋ ਵਾਰੀ ਨੈਸ਼ਨਲ ਖੇਡਿਆ ਅਤੇ ਬਾਕੀ ਕਰਾਉਣਾ ਮੈਂ ਗੱਲਬਾਤ ਦੱਸੂਗਾ ਵੀ ਕਿਵੇਂ ਸਿਲੈਕਸ਼ਨ ਹੋਈ ਆ ਅੱਡੋ ਅੱਡੀ ਅਤੇ ਕਿਵੇਂ ਮਨ 'ਚ ਆਇਆ ਵੀ ਇੱਧਰ ਨੂੰ ਜਾਣਾ ਗੇਮ 'ਚ ਨੂੰ ਅਤੇ ਪਹਿਲਾਂ ਕਿਵੇਂ ਕੀਤੀ ਇਹਦੀ ਸ਼ੁਰੂਆਤ ਫਿਰ ਹਾਂਜੀ ਵੀਰੇ ਮੈਂ ਖੇਡਦਾ ਸੀ ਪੰਜਵੀਂ ਤੋਂ ਸ਼ੁਰੂ ਕੀਤੀ ਆ ਆਪਣੇ ਭੰਮੀ ਪਰੇ ਲੇਟੈਸਟ ਸਟਾਰ ਸਕੂਲ ਤੋਂ ਅਤੇ ਫਿਰ ਪਿੰਡ ਖੇਡਣ ਲੱਗ ਗਏ ਹੌਲੀ ਹੌਲੀ ਬਸ ਅਸੀਂ ਟੂਰਨਾਮੈਂਟ ਖੇਡੀ ਗਏ
फिर नौवीं क्लास तक पिंड पढ़िया खाड़े तो फिर हुशियारपुर गए एक साल उत्थे लाया तो हूँ तीन साल मैं आनंदपुर साहब लाए आ तो हूँ मैं उत्थे प्लस टू पढ़ रहा सर एसएम आनंदपुर साहब ठीक है तो उत्थे दो नैशनल खेड चुके हैं तो तीन स्टेटा तो एक पिछले साल नैशनल खेड के आल इंडिया उत्थे मैडल आया हुआ सिल्वर पंजाब टीम वालों गए थे तो हूँ इस समय बारहवीं च पढ़ रहे हैं ओके तो हूँ फिर कादी तैयारी चल रही है हूँ अगे वैसे बहुत वधिया गल आ भी जो आप गेमां वाली जाने तो मतलब जिवें हुण दौर चलता वा नशियां दा भी वह दूजे बचिया जाए तो बहुत वधिया वा जिवें खाड़ा पिंड वैसे काफ़ी मन्या गया वा क्योंकि कई तरह के मुंडे मिल रहे हैं जिवें नई नवी उम्र दे आ ते पर जे बचिया जाए तो बाली वधिया गल आ ते यह जे जानी मुंडियां नूं मिल के खुशी हुंदी आ आपदे आप नूं भी वधिया लैन फड़ी हुई है भी होर भी कोई देख के बदलणगे ते गौरमेंट नूं भी साथ देना चाहिए गांह दी गांह ते कई वारी सिलैक्शन गलत हो जाती है जिहड़े खेडण वाले हुंदे उन्हां नूं पासे कर दिता जांदा ते जिहड़े नहीं खेडण वाले हुंदे बाहर बहन वाले हुंदे तकरीबन उन्हां नूं विच कर दिंदे फिर बाद च कह दिंदे आ भी मेडल नहीं आया अपने आ नहीं आया वह नहीं आया भी ये गल्लां ध्यान देण वालियां मेरे हिसाब नाल ते कई थाई हुंदा इह जिहा भी किसी होर नूं भेज दिता जांदा ते नॉलेज घट हुंदी है गेम दी ते यही चक्कर पैंदा अज दिखाने पुरानियां यादां जिहड़ियां मिट्टी दे भांडे किदां बनाई दे आ ते इस टाइम बन रहे आ पूरे ते दिखाने तुहानूं परनीत गुरनीत हुणी सहिद साहिब हुणी ते नाल परमजीत हुणी हैल्प कर रहे आ ते इह काली मिट्टी अपनी खाड़िओ मिल जांदी आ सेम चों डाकर मिट्टी जिहड़ी परोले वाली हुंदी आ ते उहदे भांडे वैसे वधिया बणदे आ चमकदार जिहनूं आपां कह दिंदे आ ना भी सुक्कियां तों बाद पक जांदे आ वधिया ते सहिद साहिब हुणी भी लगे होए नाल ते रिशपाल ते नाल वीरपाल चाची जी रिश्ते बस कपड़े ला दी के अंकल जी थक गया थले
चाची है ना, कोई चाची कोई भूआ कोई मामी कदे आंटी सारे रिश्ते की करता तू पहला 45-46 होंदिया सी ढकती थी उन्हें बोरी ना, मैं क्या दूजी बोरी वो तो लाने आए थे, जहाँ बाल्टी जी बढ़ के ला दें जहाँ दूजी फाइबर जी ला दें सारे तो ला दें आहो पर खड़ी है पट्ठे खाती उधर सी वाह वाह पहला वाली आ जिन्हें थान नहीं खा गई हाँ ये माँ थी ये आह सत्त नंबर यदि आ छियाली नंबर पुरानिया चो गां तो हम चल दिया सारिया बच्छिया घर दी अपने फिर बेटी गुरप्रीत ने खेरा बच्ची तो वह भी ठीक रही है जिम्मे हम हाइट हूटी का कुछ भी नहीं उस हिसाब ना पर क्वालिटी वाइज इन्हों तो अपने तो घट है हो मैं पर गां हजे वो गां हजे बच्चा आ गया अपने को सौखा हो जाएगा हाँ जी गां मारू ही नहीं तेरे हैलो कर दे फिर हैलो कर दे जाना चाचू ना नहीं जाना नहीं जाना दे ला जाना मेसी कोले मेसी कोले कलू आ जी कलू मैं ले आऊंगा देख ला नहीं चोहियां तो गई हूँ कलू चलोंगे आप ठीक है हाँ तू गंदा होया मिट्टी ना दे ला है ना टाटा बाय ते वीडियो कर दें बंद फिर ते परमजीत ने जाना सीगा पिंड नूं जरूरी सी उन्हूं जाना क्योंकि बंदा उहदे कोल है नहीं गा धारां वाला ते तां करके वे जाना जरूरी सी नहीं तां रात रहना सी फिर अज तो वीडियो कर दिया बंद फिर अज की वीडियो किदा लगी लाइक कमेंट शेयर जरूर करना चैनल सबसक्राइब नहीं किया चैनल में सबसक्राइब तो बैल आइकन वाला बटन दबना नहीं भुलना ताकि सानू होर भी नवी नवी वीडियो मिलदी रहन ओके धन्यवाद सारे का मिलते नवी वीडियो लेके